85 किलो के जिहड़े मैच होणगे। दोस्तों मैं प्रदीप तुहाडा सारिआं दा स्वागत करदा कबड्डी 365 ते तुसीं देख रहे हो अज खीरां वाली नूरपुर ते जहांगीरपुर दा इह सांझा टूरनामेंट। दोस्तों ये टूरनामेंट जिहड़ा हैगा ये खिडारियों द्वारा भी करवाया गया ते पिंड दे सहयोग नाल भी करवाया गया। मेरे कोल ना गग्गी खीरां वाली हैगी, उन्हां दी थोड़ी जानकारी लै लईए ताकि तुहानूं पता लग सके भी किहड़े-किहड़े खिडारी खेडणे ने, किहो जिहीआं टीमां खेडणीआं ने और अज दे मैच किहो जिहे रहे ने। की हाल होगी, की हाल चाल ने गग्गी? बस वधिया भाई, तुहाडा? अज बस वधिया कहा, इहदा मतलब कोई परेशानी हैगी, कोई दिक्कत? भाई पता की आ, पहलां असीं टूरनामेंट ते जाईदा, जाके खेडीदा, अज करोना पिआ सानूं पता किद्दां कराईदा। औखा करोना भाई, औखा। असीं 6 बजे दे लगे आ ग्राउंड बनाउण ते 12 बजे असीं गए घरे नहा के, किसी साडे कमेटी मैंबर किसी ने कोई रोटी नहीं खाधी हले ताईं, 1 बजे ही मैच शुरू कराते आ। हुण माड़ा जिहा ना मैच शुरू करा के अंदर माड़ा जिहा साह लैणा हैगा। ਹਾਂਜੀ ਹਾਂਜੀ। ਅੱਛਾ ਕਿ ਫਿਰ ਟੀਮਾਂ ਕਿਹੜੀਆਂ ਕਿਹੜੀਆਂ ਹੈਗੀਆਂ ਜਿਹੜੀਆਂ ਤੁਸੀਂ ਬੁਲਾਈਆਂ ਨੇ, ਯਾਨੀ ਜਿਹੜੀਆਂ ਅੱਜ ਖੇਡਣਗੀਆਂ, ਔਰ ਕਿਹੜੇ ਕਿਹੜੇ ਭਾਰ ਵਰਗ ਜਾਂ ਮੈਚ ਹੋਣਗੇ? ਭਾਈ ਆਪਣੇ ਹੁਣ 80 ਕਿਲੋ ਦੇ ਮੈਚ ਸ਼ੁਰੂ ਹੋ ਗਏ ਆ। ਇਹਦੇ ਵਿੱਚ ਕੜਿਆਣਾ ਆ, ਸ਼ਕਰਪੁਰ ਆ, ਸੀਚੇਵਾਲ ਆ ਅਤੇ ਖੀਰਾਂ ਵਾਲੀ ਆ। ਉਸ ਤੋਂ ਬਾਅਦ ਭਾਈ 4 ਓਪਨ ਪਿੰਡ ਪੱਧਰ ਦੀਆਂ, ਢੰਡੋਲੀ ਆ, ਉਹ ਨਰੋਲ ਪਿੰਡ ਵਾਲੀਆਂ, ਨਰੋਲ ਪਿੰਡ ਵਾਲੀਆਂ 2 ਬੰਦੇ ਬਾਹਰੋਂ, ਉਹਦੇ ਵਿੱਚ ਢੰਡੋਲੀ ਆ, ਕਾਲਾ ਸੰਘਿਆ ਆ, ਮੱਲੀਆਂ ਆ ਅਤੇ ਖੀਰਾਂ ਵਾਲੀ ਆ। ਉਸ ਤੋਂ ਬਾਅਦ ਭਾਈ ਆਲ ਓਪਨ ਦੀਆਂ 4 ਆ, ਜਿਹਦੇ 'ਚ ਭਗਵਾਨਪੁਰ ਆ, ਵੇਓ ਪਲੰਟੀ ਨਿਊਜ਼ੀਲੈਂਡ ਆ, ਦੁਆਬਾ ਬੋਰੀਅਲ ਸੁਰਖਪੁਰ ਆ ਅਤੇ ਰੋਇਲ ਕਿੰਗ USA ਆ ਜੀ। ਤੁਸੀਂ ਖੇਡੋਗੇ ਅੱਜ ਫਿਰ ਜਾਂ ਨਹੀਂ? ਹਾਂਜੀ ਭਾਜੀ, ਮੈਂ ਇੱਕ ਤਾਂ ਮੈਚ ਜ਼ਰੂਰ ਖੇਡਣਾ ਆ, ਕਿਉਂਕਿ ਮੇਰੇ ਪਿੰਡ ਦਾ ਮੇਲਾ, ਘਰ ਦਾ ਮੇਲਾ, ਆਪਣੇ ਜਿੰਨੇ ਭਰਾ ਆ ਇੰਨਾ ਰਹੀ ਜਾਏ ਪਿੰਡ ਦੇ, ਉਹ ਕਹਿੰਦੇ ਵੀ ਸਾਨੂੰ ਪਤਾ ਵੀ ਕਰਾਉਣਾ ਔਖਾ ਆ, ਤੁਸੀਂ ਥੱਕ ਬਹੁਤ ਜਾਣਾ, ਕਿਉਂਕਿ ਸਾਡੇ ਸਾਰੇ ਬੰਦਿਆਂ ਦਾ ਮੰਦਾ ਹਾਲ ਹੋਇਆ ਆ। ਇੱਕ ਗਰਮੀ ਬਹੁਤ ਆ, ਉੱਤੋਂ ਰਾਤ ਮੌਸਮ ਨੇ ਕਰਤਾ ਸੀ, ਰਾਤ ਅਸੀਂ ਤਰਪਾਲਾਂ ਪਾਈਆਂ, ਮੀਂਹ ਆ ਜਾਣਾ, ਉਹ ਮੀਂਹ ਆਇਆ ਨਹੀਂ, ਸਵੇਰੇ ਅਸੀਂ ਪਾਣੀ ਛੱਡ ਛੱਡ ਗਰਾਊਂਡ ਤਿਆਰ ਕੀਤੀ। ਖੇਡਾਂਗੇ, ਬਾਕੀ ਮਾਲਕ ਦੇ ਹੱਥ ਪਾਸ ਜਿੱਦਾਂ ਦੀ ਪਰੋਣਾ ਸਾਈ, ਕੋਈ ਚੱਕਰ ਨਹੀਂ, ਪਰ ਪਿੰਡਿਆਂ ਨੂੰ ਖੇਡ ਕੇ ਰਹਾਂਗੇ। ਵੈਸੇ ਤਾਂ ਕਿ ਤੁਸੀਂ ਰੈਸਟ ਕਰ ਰਹੇ ਹੋ, ਪਰ ਇੱਕ ਜਾਣਕਾਰੀ ਹੋਰ ਲਊਂਗਾ, ਇਹਨਾਂ ਸਾਰੀਆਂ ਟੀਮਾਂ ਦੇ ਵਿੱਚ ਖਿਡਾਰੀ ਕਿਹੜੇ ਕਿਹੜੇ ਆ ਜਿਹੜੇ ਮਤਲਬ ਵਧੀਆ ਵਧੀਆ ਖਿਡਾਰੀਆਂ ਦੇ ਨਾਂ ਤੁਸੀਂ ਲੈਣਾ ਚਾਹੋ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਖਿਡਾਰੀ ਨੇ ਜਿਹੜੇ ਅੱਜ ਮਤਲਬ ਇੱਥੇ ਖੀਰਾਂ ਵਾਲੇ ਦੇ ਟੂਰਨਾਮੈਂਟ ਦੇ ਵਿੱਚ ਖੇਡਣਗੇ? ਭਾਈ ਜਿਹੜੀ ਪਿੰਡ ਪੱਧਰ ਵਿੱਚ ਆ, ਕਾਲੇ ਸੰਘਿਆਂ ਦੇ ਤਾਜੇ ਹੋਣੀ, ਸਨੀ ਹੋਣੀ, ਢੋਲਕੀ ਹੋਣੀ, ਚੀੜੇ ਹੋਣੀ, ਇਹ ਆਉਣਗੇ। ਜਿਹੜੇ 2 ਬਾਹਰੋਂ ਕੀਤੇ ਮੈਨੂੰ ਉਹਨਾਂ ਦਾ ਪਤਾ ਨਹੀਂ, ਉਹ ਵੀ ਤਕੜੇ ਕਰਕੇ ਲਿਆਉਣਗੇ। ਜਿਹੜੀ ਢੰਡੋਲੀ ਆ, ਉਹਦੇ ਵਿੱਚ ਕਾਜੂ ਹੋਣੀ, ਬੱਬੂ ਹੋਣੀ, ਪ੍ਰਦੀਪ ਤੂਫਾਨ, ਇਹ ਆਉਣਗੇ ਜੀ, ਪੂਰੀ ਤਕੜੀ ਟੀਮ ਆ। ਜਿਹੜੀ ਖੀਰਾਂ ਵਾਲੀ ਆ, ਸਾਡੀ ਟੀਮ ਵੀ ਪੂਰੀ ਵਧੀਆ ਆ, ਅਤੇ ਜਿਹੜੀ ਹੈਗੀ ਆ ਜੀ ਮੱਲੀਆਂ ਦੀ, ਉਹ 'ਚ ਮਣੀ ਹੋਣੀ, ਬੁੱਗੇ ਹੋਣੀ, ਲੰਬੜ ਹੋਣੀ, ਜੱਗੇ ਹੋਣੀ, ਰਮਨਾ, ਸਾਰੇ ਖੇਡਣਗੇ ਜੀ। ਹਾਂਜੀ, ਆਲ ਓਪਨ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਵਿੱਚ ਕਿਹੋ ਜਿਹੇ ਖਿਡਾਰੀ ਹੋਣ? ਆਲ ਓਪਨ ਵਿੱਚ ਭਗਵਾਨਪੁਰ ਦੀ ਟੀਮ 'ਚ ਜਿੰਨੇ ਭਗਵਾਨਪੁਰ ਦੇ ਸਟਾਰ ਪਲੇਅਰ ਆ, ਭੀਮ ਦੁਬਲੀ, ਮੱਖੀ ਹੋਣੀ, ਅਰਸ਼ ਹੋਣੀ, ਅੰਮ੍ਰਿਤ ਔਲਖ, ਜਿੱਦਾਂ ਹੋਰ ਜੱਗੂ ਹਾਕਮ ਵਾਲੀ ਆ, ਸਾਰੇ ਖੇਡਣਗੇ। ਅਤੇ ਜਿਹੜੀ ਸੁਰਖਪੁਰ ਦੀ ਆ, ਦੁਆਬਾ ਬੋਰੀ, ਸੁਰਖਪੁਰ ਦੇ ਜਹਾਦਾ ਸੁਰਖਪੁਰੀ ਆ, ਜੋਧਾ, ਸ਼ੁਰਲੀ, ਜੋਤਾ, ਨਿੰਦੀ ਬੇਨੜਾ ਅਤੇ ਰਿਸ਼ੀ ਹੋਣੀ ਹਰਿਆਣੇ ਵਾਲੇ ਪਹੁੰਚਣਗੇ। ਜਿਹੜੀ ਰਹਿ ਗਈ ਵੇਅ ਪਲੰਟੀ, ਬਾਂਟੀ ਹੋਣ ਵਾਲੀ, ਬਾਂਟੀ ਟਿੱਬਾ, ਸੁੱਖਾ ਮਾਲਾਂ ਵਾਲਾ, ਇਹ ਰਵੀ ਦਿਓਰਾ, ਅਤੇ ਜਿਹੜੇ ਉਹਨਾਂ ਨੇ ਸਟੋਪ ਲੈਣੇ ਆ, ਗੁਰਦੀਪ ਮਾਧੋਪੁਰੀ ਆ, ਸੀਚੇ ਵਾਲੀ ਆ, ਪਿੰਦੂ, ਸਾਰੇ ਪਹੁੰਚਣਗੇ ਜੀ। ਜਿਹੜੀ ਸਾਡੀ ਟੀਮ ਆ, ਸਾਡੀ ਟੀਮ 'ਚ ਫਰਿਆਦ, ਇੰਦਰਜੀਤ, ਸੁਨਿਆਰਾ, ਜੀਤਾ, ਮਲੂਕ, ਸ਼ਾਜੀ ਅਤੇ ਜੀ ਸ਼ੰਕਰ ਖੇਡੂਗਾ ਜੀ ਸਾਡੇ ਵਿੱਚ, ਅਤੇ ਹੋਰ ਜੀ ਆਹ ਰੋਇਲ ਕਿੰਗ USA ਦੇ ਵਿੱਚ, ਰੋਇਲ ਕਿੰਗ USA, ਉਹ ਆਪਾਂ ਪਿੰਡ ਲਿਖਾਉਣੀ ਬਾਈ, ਰੋਇਲ ਕਿੰਗ USA ਖੀਰਾਂ ਵਾਲੀ ਲਿਖਾਉਣੀ ਹੈ। ਹਾਂਜੀ ਭਾਈ, ਚਲੋ ਦੇਖਦੇ ਹਾਂ ਵੀ ਮੈਚ ਕਿਹੋ ਜਿਹਾ ਹੋਣਗੇ। ਖਿਡਾਰੀਆਂ ਨੂੰ ਤੁਸੀਂ ਵੱਡਾ ਸੱਦਾ ਦਿੱਤਾ ਹੋਇਆ ਨਾ? ਓਕੇ ਭਾਈ, ਤੁਹਾਡਾ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ, ਹੁਣ ਤੁਹਾਡੇ ਕੋਲੇ ਜਾਣਕਾਰੀ ਆ ਗਈ ਆ ਕਿਹੜੇ ਕਿਹੜੇ ਖਿਡਾਰੀ ਖੇਡਣੇ ਨੇ, ਕਿਹੋ ਜਿਹੀਆਂ ਟੀਮਾਂ ਖੇਡਣੀਆਂ ਨੇ। ਅੱਜ ਦੇ ਇਸ ਟੂਰਨਾਮੈਂਟ ਦੇ ਨਾਲ ਜੁੜ ਜਾਓ, ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵਾਲੀ ਵੀਡੀਓ ਭੇਜ ਸਕਦੇ ਹੋ ਜਾਂ ਫਿਰ ਸ਼ੇਅਰ ਕਰ ਸਕਦੇ ਹੋ ਸਾਡੇ ਇਸ ਚੱਲ ਰਹੇ ਲਾਈਵ ਨੂੰ। ਬਹੁਤ ਬਹੁਤ ਸ਼ੁਕਰੀਆ, ਮੈਚ ਬੜੇ ਜ਼ਬਰਦਸਤ ਹੋਣਗੇ। ਖਿਡਾਰੀ ਟੀਮ ਦੇ ਹਿੱਸੇ ਕਰ ਗਿਆ, ਸ਼ਕਰਪੁਰ ਦੀ ਟੀਮ ਲਈ ਇੱਕ ਹੋਰ ਤਕੜੇ ਨੰਬਰ ਦਾ ਵਾਧਾ ਹੋ ਗਿਆ।